ਤੁਹਾਡਾ ਸਾਰਿਆਂ ਦਾ ਆਈਟ ਇਲੈਕਟ੍ਰੀਸ਼ੀਅਨ ਸਰੂਰ ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਸਾਥੀ ਇਸ ਚੈਨਲ ਦੇ ਨਵੇਂ ਹਨ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਦਿੱਤੇ ਕਮੈਂਟ ਪ੍ਰੈਸ ਕਰ ਲੈਣ। ਤਾਂ ਜੋ ਉਸ ਨੂੰ ਆਉਣ ਵਾਲੀ ਹਰ ਇੱਕ ਵੀਡੀਓ ਦੀ ਜਾਣਕਾਰੀ ਮਿਲਦੀ ਰਹੇ। ਸੋ ਅਸੀਂ ਅੱਜ ਇੱਕ ਟੌਪਿਕ ਹੈਗਾ ਬੱਚਿਆਂ ਦਾ ਫੋਨ ਹੈ ਸੀਗੀ ਠੀਕ ਹੈ। ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਵੀਡੀਓ ਨੂੰ ਬਈ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਬਹੁਤ ਵਧੀਆ ਟੌਪਿਕ ਹੈਗਾ। ਤੇ ਉਹਦੇ ਬਾਰੇ ਗੱਲ ਕਰਾਂਗੇ ਆਪਾਂ। ਜੋ ਕਿ ਪੀਐਸਪੀਸੀਐਲ ਦੇ ਵਿੱਚ 2100 ਪੋਸਟ ਆਈਆਂ ਸੈਕਲੈਨ ਮੈਨੇਜਰੀ ਠੀਕ ਹੈ। ਸੀਹਾਰੇ 200 ਨੇ ਨਵੇਂ ਬੜਾ ਵਾਈ ਠੀਕ ਹੈ। ਤੇ ਕੁਝ ਕੁ ਬੱਚਿਆਂ ਦੇ ਅਪਰੈਂਟਸ਼ਿਪ ਦਾ ਸਰਟੀਫਿਕੇਟ ਦੇ ਰਿਗਾਰਡਿੰਗ ਆਪਾਂ ਗੱਲ ਕਰਨੀ ਹੈਗੀ। ਤਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ। ਜੋ ਵੀ ਬੱਚੇ ਨੇ ਮੰਗ ਪੱਤਰ ਸੌਂਪਿਆਗਾ ਪਟਿਆਲੇ ਦਫ਼ਤਰ ਦੇ ਵਿੱਚ ਉਹਨਾਂ ਦੀ ਮੰਗਾਂ ਦੀ ਸੁਣਵਾਈ ਹੋਈ ਹੈ ਅੱਗੇ। ਜਲਦੀ ਉਹਨਾਂ ਦੀ ਮੰਗਾਂ ਜੋ ਮੰਨੀਆਂ ਜਾਣਗੀਆਂ ਤੇ ਉਹਨਾਂ ਦਾ ਹਾਲੇ ਕੀਤਾ ਜਾਊਗਾ ਸੋ ਆਪਾਂ ਦੇਖਦੇ ਹਾਂ ਵੀ ਕੀ ਕੀ ਮੰਗਾਂ ਦੇ ਵਿੱਚ ਹੋਇਆ ਹੈ ਨਾ ਕੀ ਕੀ ਲੈਟਰ ਦਿੱਤਾ ਇਹਨਾਂ ਨੇ ਤਾਂ ਕਿ ਨੰਬਰ ਵੀ ਆਪਾਂ ਨੇ ਤਾਂ ਉੱਪਰ ਠੀਕ ਹੈ ਕੋਈ ਬੱਚਾ ਜਿਹੜਾ ਇਲੈਕਟ੍ਰੀਸ਼ੀਅਨ ਦੇ ਵਿੱਚ ਅਪਰੈਂਟਸ ਕੀਤੀ ਹੋਈ ਹੈ ਦੀ ਬੈਰਮੈਨ ਟ੍ਰੇਡ ਦੇ ਵਿੱਚ ਜਿਹਦੀ ਅਪਰੈਂਟਸ ਕੀਤੀ ਹੋਈ ਹੈਗੀ ਕਿਤੋਂ ਵੀ ਕੀਤੀ ਹੋਈ ਹੈਗੀ ਠੀਕ ਹੈ ਤਾਂ ਉਹ ਇਹ ਨੰਬਰ ਤੇ ਕੰਟੈਕਟ ਕਰ ਸਕਦੇ ਇਹਨਾਂ ਬੰਦਿਆਂ ਨਾਲ ਠੀਕ ਹੈ ਇਹਨਾਂ ਦਾ ਗਰੁੱਪ ਬਣਾਇਆ ਹੈ ਬਕਾਇਦਾ ਪ੍ਰਧਾਨ ਸਾਹਿਬ ਦੇ ਤੇ ਤਾਂ ਇਹਨਾਂ ਨਾਲ ਬਹੁਤ ਬਹੁਤ ਬੰਦੇ ਜੁੜੂ ਬਈ ਜਿਹਨੇ ਇਲੈਕਟ੍ਰੀਸ਼ੀਅਨ ਤੇ ਬਾਇਰਮੈਨ ਦੇ ਵਿੱਚ ਫ੍ਰੈਂਡਸ ਕੀਤੀ ਹੋਈ ਤਾਂ ਜੋ ਤੁਹਾਡਾ ਆਉਣ ਵਾਲਾ ਭਵਿੱਖ ਚੰਗਾ ਹੋ ਸਕੇ ਤੋਂ ਆ ਦੇਖਦੇ ਆਪਾਂ ਮੰਗ ਪੱਤਰ ਦੇ ਵਿੱਚ ਇਹਨਾਂ ਨੇ ਕੀ ਲਿਖਿਆ ਕੀ ਬਚਾਰਾ ਠੀਕ ਹੈ ਜੀ ਮੰਗ ਪੱਤਰ ਸੇਵਾ ਵਿਖੇ ਜਰੀਮਾਨ ਜੀ ਠੀਕ ਹੈ ਮੁਖਤਉਰ ਪੀਐਸਪੀਸੀਐਲ ਪਟਿਆਲਾ ਬਿਸ਼ਾ ਕੀ ਇਹਨਾਂ ਦਾ ਜੀ ਵਿਗਿਆਪਨ ਨੰਬਰ ਸੀਆਰ 299/22 ਦਿਨ ਸਾਇਕ ਲੈਣ ਨੇ ਜਿਹੜੇ 2100 ਸਮੀਆਂ ਆਈਆਂ ਦੇ ਬਈ ਉਹਦੇ ਵਿੱਚ ਇਲੈਕਟ੍ਰੀਸ਼ੀਅਨ ਤੇ ਬਾਇਰਮੈਨ ਟ੍ਰੇਡ ਦੇ ਵਿੱਚ ਰਾਸ਼ਟਰੀ ਸਖੈਰ ਦੀ ਪੰਜਾਬ ਰਾਟ ਸਰਡੀਕਰ ਮੰਗਾ ਐਨਏਸੀ ਸਰਟੀਫਿਕੇਟ ਪਾਸ ਵਿਦਿਆਰਥੀ ਨੂੰ ਵੀ ਨਿਯੁਕਤੀ ਦੇਣ ਸਬੰਧੀ ਸ਼੍ਰੀਮਾਨ ਜੀ ਬੇਨਤੀ ਹੈ ਕਿ ਅਸੀਂ ਸਾਰੇ ਵਿਦਿਆਰਥੀਆਂ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਅਧਾਰਾਂ ਤੋਂ ਇਲੈਕਟ੍ਰੀਸ਼ੀਅਨ ਅਤੇ ਵੇਅਰਮੈਨ ਟ੍ਰੇਡ ਦੇ ਵਿੱਚ ਪ੍ਰੈਨਸ ਕੀਤੀ ਹੈ ਜੀ ਜੋ ਕਿ ਲੈਂਡਮੈਨ ਅਪਰੈਂਟਸੇ ਦੇ ਬਰਾਬਰ ਜੁਗਤ ਮੰਨਿਆ ਜਾਂਦਾ ਬਿਲਕੁਲ ਜੀ ਉਦਯੋਗ ਸਿੱਖਿਆ ਮੰਤਰਾਲਾ ਭਾਰਤ ਸਰਕਾਰ ਵੱਲੋਂ ਇਲੈਕਟ੍ਰੀਸ਼ੀਅਨ ਲੈਂਡਮੈਨ ਵੇਅਰਮੈਨ ਟ੍ਰੇਡ ਨੂੰ ਇੱਕੋ ਤਰ੍ਹਾਂ ਦੀ ਮਾਨਤਾ ਪ੍ਰਾਪਤ ਹੈ ਬਿਲਕੁਲ ਹੈ ਜੀ ਦੂਸਰਾ ਪੁਆਇੰਟ ਕੀ ਕਹਿੰਦਾ ਕਹਿੰਦਾ ਸਾਲ 2016 ਤੋਂ ਪਹਿਲਾਂ ਦੀਆਂ ਭਰਤੀਆਂ ਦੇ ਵਿੱਚ ਪੀਐਸਪੀਸੀਲ ਦੇ ਵਿੱਚ ਇਲੈਕਟ੍ਰੀਸ਼ੀਅਨ ਦੇ ਵਿੱਚ ਅਤੇ ਬੈਰਮੈਨ ਦੀ ਅਪ੍ਰੈਂਟਿਸ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਰੱਖਿਆ ਜਾਂਦਾ ਸੀ ਪਰ ਹੁਣ ਵਿਭਾਗ ਨੇ ਇਹ ਸ਼ਰਤ ਕਹਿੰਦਾ ਲਾਗੂ ਕਰ ਦਿੱਤੀ ਹੈ ਕਿ ਸਾਇਕਲਮਾਨ ਦੀ ਸ਼ਾਮਲੀ ਕੇਵਲ ਲਾਈਨਮੈਨ ਟ੍ਰੇਡ ਦੇ ਵਿੱਚ ਅਪ੍ਰੈਂਟਿਸਸ਼ਿਪ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਵਿਚਾਰਿਆ ਜਾਵੇਗਾ ਪਹਿਲਾਂ ਕੀ ਹੁੰਦਾ ਸੀ ਜਿਹੜੇ ਇਲੈਕਟ੍ਰੀਸ਼ੀਅਨ ਦੇ ਬੈਰਮੈਨ ਦੀ ਅਪ੍ਰੈਂਟਿਸ ਕਰੀਂਦੇ ਸੀ ਉਹਨਾਂ ਨੂੰ ਵੀ ਰੱਖਿਆ ਜਾਂਦਾ ਸੀਗਾ ਉਹਨਾਂ ਨੂੰ ਵੀ ਉਮੀਦਵਾਰਾਂ ਨੂੰ ਵਿਚਾਰਿਆ ਜਾਂਦਾ ਸੀਗਾ ਮੈਂ ਤੁਹਾਨੂੰ ਨੋਟਿਸ ਭੇਜ ਤੁਸੀਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਠੀਕ ਹੈ ਭਾਈ ਨੋਟਸ ਇਹਦੇ ਵਿੱਚ ਬਾਕੀ ਦਾ ਮੇਰੇ ਕੋਲ ਹੈਗੇ ਨਹੀਂ ਸਾਰੇ ਕੁਝ ਤੁਹਾਨੂੰ ਆਨ ਦਾ ਰਿਕਾਰਡ ਬੰਦ ਕਰਵਾਮਗੇ ਓਕੇ ਚਲੋ ਜੀ ਅਗਲੇ ਪੁਆਇੰਟ 'ਤੇ ਕੀ ਹੈਗਾ ਪੰਜਾਬ ਵਿੱਚ ਕਹਿੰਦਾ ਪੀਐਸਪੀਸੀਐਲ ਇਹ ਹੈਦਾਰ ਹੈ ਜੋ ਕਿ ਲੈਂਡਮੈਨ ਟ੍ਰੇਡ ਦੇ ਵਿੱਚ ਪ੍ਰੈਨਟ ਕਰਾਉਂਦਾ ਹੈ ਬਾਕੀ ਹੋਰ ਕਿਤੇ ਵੀ ਪੰਜਾਬ ਦੇ ਵਿੱਚ ਲੈਂਡਮੈਨ ਟ੍ਰੇਡ ਵਿੱਚ ਪ੍ਰੈਨਟ ਨਹੀਂ ਕਰਵਾਈ ਜਾਂਦੀ ਠੀਕ ਹੈ ਜੀ ਪੀਐਸਪੀਸੀਐਲ ਇਲੈਕਟ੍ਰੀਸ਼ੀਅਨ ਦੇ ਬਾਅਦ ਮੈਂ ਟ੍ਰੇਡ ਦੇ ਵਿੱਚ ਆਈਟੀ ਪਾਸ ਉਮੀਦਵਾਰਾਂ ਨੂੰ ਲੈਂਡਮੈਨ ਟ੍ਰੇਡ ਅਪਰੈਂਟਸ਼ਿਪ ਦਾ ਕਰਵਾਉਂਦਾ ਹੈ ਪਰ ਜਦੋਂ ਸਾਇਕਲਮਨ ਦੀ ਭਰਤੀ ਕਿੱਤੇ ਇਹਦੇ ਤਾ ਸਿਰਫ ਲਾਈਨਮੈਂਟਡ ਵਿੱਚ ਅਪਰੈਂਟਿਸਪਲ ਲਾਜ਼ਮੀ ਦੀ ਸ਼ਰਤ ਰੱਖ ਦਿੱਤੀ ਜਾਂਦੀ ਹੈ ਠੀਕ ਹੈ ਜੋ ਕਿ ਪੰਜਾਬ ਅਤੇ ਭਾਰਤ ਦੇ ਕਿਸੇ ਵੀ ਸੂਬੇ ਵਿੱਚ ਕਿਤੇ ਵੀ ਲਾਈਨਮੈਂਟਡ ਵਿੱਚ ਆਈਟੀਆਈ ਨਹੀਂ ਕਰਵਾਈ ਜਾਂਦੀ ਠੀਕ ਹੈ ਵੀ ਇਹਨਾਂ ਦੀ ਬਿਲਕੁਲ ਨਹੀਂ ਗੱਲ ਹੈ ਜਿਹੜੀ ਉਜਾਇਜੇਗੀ ਬਿਲਕੁਲ ਇਹਨਾਂ ਨੂੰ ਵਿਚਾਰਨਾ ਚਾਹੀਦਾ ਹੈਗਾ ਸੋ ਬਹੁਤ ਧੱਕਾ ਹੋ ਰਿਹਾ ਵਿਚਾਰਿਆਂ ਨਾਲ ਇਹਨਾਂ ਨੇ ਫਰੈਂਡਸ ਮਸਾ ਕੀਤਾ ਕੀ ਠੀਕ ਹੈ ਹੁਣ ਕੋਈ ਇਹਨਾਂ ਦੀ ਸੁਣ ਨਹੀਂ ਰਿਹਾ ਤੇ ਚਲੋ ਅਗਲ ਦੇਖਦੇ ਆਪਾਂ ਠੀਕ ਹੈ ਵੀ ਅੱਗੇ ਕੀ ਕਹਿਣਾ ਬਈ ਇਹਨਾਂ ਬੱਚਿਆਂ ਦਾ ਪੁਆਇੰਟ ਚੌਥੇ ਪੁਆਇੰਟ ਦੇ ਵਿੱਚ ਕਹਿੰਦਾ ਜਦੋਂ ਇਸ ਕਰਕੇ ਕਹਿੰਦਾ ਜਦੋਂ ਵੀ ਸਾਈਕ ਲੈਨ ਇੰਤਜ਼ਾਮੀ ਹੁੰਦੇ ਤਾਂ ਹਰ ਵਾਰ ਘੱਟ ਵਿਦਿਆਰਥੀਆਂ ਕੋਲ ਲੈਨ ਮੈਨ ਅਪਰੈਂਟਸ਼ਿਪ ਟ੍ਰੇਡ ਦਾ ਅਪਰੈਂਟਸ਼ਿਪ ਦਾ ਸਰਟੀਫਿਕੇਟ ਹੋਣ ਕਰਕੇ ਪੂਰੀ ਭਰਤੀ ਨਹੀਂ ਪਉਂਦੀ ਠੀਕ ਹੈ ਆਪਾਂ ਨੂੰ ਵੀ ਪਤਾ ਪੋਸਟਾਂ ਕੀ ਹੁੰਦੀਆਂ ਨੇ ਕਿ ਖਾਲੀ ਰਹਿ ਜਾਂਦੀਆਂ ਨੇ ਬਿਲਕੁਲ ਇਲੈਕਟ੍ਰੀਸ਼ੀਅਨ ਦੇ ਬਾਹਰ ਵੀ ਟ੍ਰੇਡ ਦੇ ਵਿੱਚ ਐਨਏਸੀ ਸਰਟੀਫਿਕੇਟ ਪ੍ਰਾਪਤ ਕਰ ਵਿਦਿਆਰਥੀ ਭਰਤੀ ਹੋਣ ਤੋਂ ਹਰ ਵਾਰੀ ਕਹਿੰਦਾ ਵਾਂਝੇ ਰਹਿ ਜਾਂਦੇ ਬਿਲਕੁਲ ਸਹੀ ਗੱਲ ਹੈ ਸੋ ਹਰ ਵਾਰ ਲੈਨ ਮੈਨ ਵਾਲੇ ਉਮੀਦਵਾਰ ਘੱਟ ਹੋਣ ਕਰਕੇ ਕਈ ਅਸਾਮੀਆਂ ਜਿਹੜੀਆਂ ਨੇ ਖਾਲੀ ਰਹਿ ਜਾਂਦੀਆਂ ਨੇ ਠੀਕ ਹੈ ਪੰਜਵੇਂ ਪੁਆਇੰਟ ਦੇ ਵਿੱਚ ਕੀ ਕਹਿੰਦੇ ਨੇਗੇ ਸਮੂਹ ਵਿਧਾਇਤ ਨੇ ਆਪ ਜੀ ਨੂੰ ਕਹਿੰਦਾ ਬੇਨਤੀ ਹੈ ਲਾਈਨ ਮੇਰ ਅਪ੍ਰੈਂਟਿਸਪ ਬਾਸ ਵਿਦਿਆਰਥੀਆਂ ਨੂੰ ਪਹਿਲੇ ਧਾਰ ਤੇ ਭਰਤੀ ਕਰਕੇ ਖਾਲੀ ਰਹਿਣੀਆਂ ਜੋ ਅਸਾਮੀਆਂ ਨੇ ਇਲੈਕਟ੍ਰੀਸ਼ੀਅਨ ਦੇ ਵਾਇਰਮੈਨ ਦੇ ਵਿੱਚ ਅਪ੍ਰੈਂਟਿਸਪ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਵਿਭਾਗ ਵਿੱਚ ਭਰਤੀ ਕੀਤੀ ਜਾਵੇ ਇਹਨਾਂ ਨੇ ਕੀ ਕਹੇਗਾ ਲਾਈਨ ਮੈਨ ਅਪ੍ਰੈਂਟਿਸਪ ਦੇ ਵਿੱਚ ਜਿਨ੍ਹਾਂ ਨੇ ਪਾਸ ਨੇ ਵਿਦਿਆਰਥੀ ਹਨ ਠੀਕ ਹੈ ਉਹਨਾਂ ਨੂੰ ਪਹਿਲੇ ਧਾਰ ਤੇ ਭਰਤੀ ਕਰਕੇ ਖਾਲੀ ਰਹਿਣੀਆਂ ਅਸਾਮੀਆਂ ਭਰੀ ਜਾਣ ਉਸ ਤੋਂ ਬਾਅਦ ਜੋ ਇਲੈਕਟ੍ਰੀਸ਼ੀਅਨ ਤੇ ਬੈਰਮੈਨ ਦੇ ਵਿੱਚ ਵਾਦਦੇ ਨੇ ਠੀਕ ਹੈ ਉਹਨਾਂ ਨੂੰ ਵੀ ਉਸ ਤੋਂ ਬਾਅਦ ਨਿਯੁਕਤ ਕੀਤਾ ਜਾਵੇ ਸੱਤਵਾਂ ਬਿੰਦੂ ਅਸੀਂ ਸਾਰੇ ਵਿਦਿਆਰਥੀਆਂ ਨੇ ਮਿਤੀ 2 11 22 ਨੂੰ ਕਹਿੰਦਾ ਸਾਇਕਲ ਮੈਂ ਦੀ ਸਾਮੀ ਦੇ ਲਈ ਆਨਲਾਈਨ ਅਪਲੋਡ ਕੀਤਾ ਸੀ ਵੀ ਠੀਕ ਹੈ ਜਿਸ ਦਾ ਨਤੀਜਾ ਆ ਗਿਆ ਸੀਗਾ 5 12 ਨੂੰ ਤੇ ਸਾਰੇ ਹੀ ਵਿਦਿਆਰਥੀਆਂ ਦੇ ਮੈਰਿਟ ਦੇ ਵਿਸ਼ਲ ਨੰਬਰ ਹੈ ਬਈ ਬਹੁਤ ਹੀ ਵਧੀਆ ਨੰਬਰ ਨੇ ਚੰਗੇ ਨੰਬਰ ਨੇ ਮੈਰਿਟ ਦੇ ਵਿੱਚ ਇਹਨਾਂ ਦਾ ਸਾਰੇ ਬੱਚਿਆਂ ਦੇ ਠੀਕ ਹੈ 8ਵੇਂ ਦੇ ਵਿੱਚ ਕੀ ਕਹਿੰਦਾ ਸਾਰੇ ਵਿਦਿਆਰਥੀ ਦਿਨੋ ਦਿਨ ਓਵਰੇਜ ਹੋ ਰਹੇ ਨੇਗੇ ਸਹੀ ਗੱਲ ਹੈ ਜੀ ਜਿਸ ਕਰਕੇ ਅਸੀਂ ਆਉਣ ਵਾਲੀਆਂ ਹੋਰ ਵੀ ਕਿਸੇ ਭਰਤੀ ਦੀ ਨਹੀਂ ਦੇਖ ਸਕਦੇ ਪੀਐਸਪੀਸੀਲ ਵਿੱਚ ਭਰਤੀ ਕਰਕੇ ਸਾਨੂੰ ਬਿਜਲੀ ਵਿਭਾਗ ਤੇ ਪੰਜਾਬ ਰਾਜ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕੀਤਾ ਜਾਵੇ ਅਸੀਂ ਆਪ ਜੀ ਦੇ ਕਹਿੰਦਾ ਅੱਗੇ ਜੋ ਆਪਣੀ ਮੰਗ ਰੱਖੀ ਹੈ ਤੁਹਾਨੂੰ ਜਰੂਰ پورا ਕਰਾਂਗੇ ਆਪ ਜੀ ਦਾ ਕਹਿੰਦਾ ਬੜੀ ਮਿਹਰਬਾਨੀ ਹੋਗੀ ਆਪਾਂ ਅਗਲਾ ਵੀ ਨੋਟਿਸ ਤੁਹਾਨੂੰ ਦਿਖਾਉਣੇ ਆਗੇ ਇਹ ਪਿਛਲੇ ਜੋ ਪਿੱਛੇ ਪੋਸਟਾਂ 'ਚ ਨੇ ਠੀਕ ਹੈ ਪੰਜਾਬ ਸਟੇਟ ਪਾਵਰ ਕਾਰਪਸ ਦੇ ਜੁਮਟਲ ਦੇ ਵਿੱਚ ਜਨਤਾ ਕ ਨੋਟਸ ਨੋਟਿਸ ਹੈ ਭਾਈ ਵਿਗਿਆਪਨ ਸੀਰੀ ਨੰਬਰ 295/19 ਅਧੀਨ ਸਾਇਕਲੈਨਰ ਨੌਨੀ ਭਰਤੀ ਸੰਬੰਧੀ ਠੀਕ ਹੈ ਜਿਹੜੇ 3500 ਪੋਸਟਾਂ ਜਿੰਦੇ ਬਈ ਉਹਨਾਂ ਦੇ ਵਿੱਚ ਕੀ ਸੀਗਾ ਉਹਨਾਂ ਦੇ ਵਿੱਚ ਕੀ ਸੀਗਾ ਸਾਇਕਲੈਨਰ ਨੌਨੀ ਭਰਤੀ ਕਰਨ ਜਾ ਰਹੇ ਜਿਨ੍ਹਾਂ ਕੋਲ ਉਮੀਦਵਾਰਾਂ ਕੋਲ ਲਾਇਨਮੈਂਟ ਟ੍ਰੇਡ ਦੇ ਵਿੱਚ ਪ੍ਰਿੰਟ ਹੈ ਠੀਕ ਹੈ ਲਾਇਨਮੈਂਟ ਟ੍ਰੇਡ ਦੇ ਵਿੱਚ ਅਪ੍ਰੈਂਟਿਸਪੀ ਪਾਸ ਸਰਟੀਫਿਕੇਟ ਅਤੇ ਇਲੈਕਟ੍ਰੀਕਲ ਬੈਰਮੈਨ ਦੇ ਵਿੱਚ ਟ੍ਰੇਡ ਦੇ ਵਿੱਚ ਪਾਸ ਸਰਟੀਫਿਕੇਟ ਨਾਲ ਪਲੱਸ ਕੀ ਹੋਵੇ ਕਹਿੰਦਾ ਰਜਿਸਟਰਡ ਫੈਕਟਰੀ ਜਾਂ ਫਾਰਮ ਦੇ ਵਿੱਚ ਦੇ ਰਜਿਸਟਰਡ ਕੰਪਨੀ ਦੇ ਵਿੱਚ ਰਜਿਸਟਰਡ ਸੰਸਥਾ ਦੇ ਵਿੱਚ ਤਜਰਬਾ ਹੋਇਆ ਠੀਕ ਹੈ ਇਹਨਾਂ ਨੇ ਉਦੋਂ ਵੀ ਭਾਈ ਇਲੈਕਟ੍ਰੀਸ਼ੀਅਨ ਤੇ ਵਾਇਰਮੈਨ ਦੀ ਟ੍ਰੇਡ ਮੰਗੀ ਸੀਗੀ ਠੀਕ ਹੈ ਉਹਦੇ ਵਿੱਚੋਂ ਪ੍ਰੈਨਟਸ਼ਿਪ ਪਾਸ ਹੋ ਗਈ ਤਾਂ ਹੁਣ ਕੀ ਹੈਗਾ ਥੋੜਾ ਜਿਹਾ ਧੱਕਾ ਕਰ ਰਹੇ ਨੇ ਭਾਈ ਠੀਕ ਹੈ ਪਹਿਲਾਂ ਇਹਨਾਂ ਨੇ ਕਿਹਾ ਸੀ ਵੀ ਪ੍ਰੈਨਟਸ਼ਿਪ ਵਾਲੇ ਨੂੰ ਅ ਜੋ ਵੀ ਇਲੈਕਟ੍ਰੀਕਲ ਦੇ ਵਿੱਚ ਨਾ ਵਾਇਰਮੈਨ ਦੇ ਵਿੱਚ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ ਇਹਨਾਂ ਨੇ ਤਾਂ ਉਸ ਨੂੰ ਰੱਖਿਆ ਗਿਆ ਸੀ 2019 ਦੇ ਵਿੱਚ ਜਿਹੜੀਆਂ ਪੋਸਟਾਂ ਇਹ ਤਾਂ ਤਾਂ ਸੋ ਹੁਣ ਇਹ ਹੀ ਮੀਡਾ ਭਾਈ ਸਾਰਿਆਂ ਦੇ ਠੀਕ ਹੈ ਮੈਂ ਤੇਰ ਕਹਸਤੇ ਕਿ ਇਹਨਾਂ ਬੱਚਿਆਂ ਦਾ ਸਾਰਿਆਂ ਨੂੰ ਵੱਧ ਤੋਂ ਵੱਧ ਸਾਥ ਦਿਓ ਜਿਹਨੇ ਇਲੈਕਟ੍ਰੀਸ਼ੀਅਨ ਤੇ ਵਾਇਰਮੈਨ ਦੇ ਵਿੱਚ ਫਰੈਂਡਸ ਕੀਤੀ ਹੋਈ ਸਾਰੇ ਬੱਚੇ ਇਹਨਾਂ ਦਾ ਸਾਥ ਦੇਣ ਨੂੰ ਜੁੜਨਾ ਠੀਕ ਹੈ ਮੰਤਰੀ ਨੂੰ ਮਿਲਣ ਤਾਂ ਜੋ ਤੁਹਾਡਾ ਹੱਲ ਹੋ ਸਕੇ ਤੇ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਬੱਚੇ ਨਾਲ ਜੁੜ ਸਕਣ ਤੇ ਕਿਸੇ ਦਾ ਭਲਾ ਹੋ ਸਕੇ ਨੰਬਰ ਉੱਪਰ ਵਈ ਸਕਰੀਨ ਤੇ ਆਪਣੇ ਦੇਰ ਕੇ ਜੇ ਕਿਸੇ ਨੂੰ ਬੱਚੇ ਨੂੰ ਕੋਈ ਡਾਟਾ ਤਾਂ ਉਹ ਨੰਬਰ ਤੇ ਕਾਲ ਕਰਕੇ ਗੱਲਬਾਤ ਕਰ ਸਕਦਾ ਹੈ ਠੀਕ ਹੈ ਕਿਸੇ ਨੂੰ ਵੀ ਕੋਈ ਡਾਟ ਹੈ ਜਾਂ ਅਸੀਂ ਰਹਿ ਜਾਈਏ ਠੀਕ ਹੈ ਕੋਈ ਵੀ ਡਾਟ ਤਾਂ ਉਹ ਨੰਬਰ ਆਪਾਂ ਨੇ ਦੇਰ ਕੇ ਸਕਰੀਨ ਤੇ ਉਹ ਤੇ ਕਾਲ ਕਰਕੇ ਉਹਨਾਂ ਨੂੰ ਪੁੱਛ ਸਕਦਾ ਹੈ ਕੋਈ ਦੁੱਖ ਤਕਲੀਫ ਕਿਸੇ ਨੂੰ ਵੀ ਹੋਵੇ ਠੀਕ ਹੈ ਜੀ ਚਲੋ